punjab.gov.in ਪੰਜਾਬ.gov.in ਸ਼ਿਕਾਇਤ ਕਰਦੇ ਇੱਥੇ ਦਰਜੋ ਇਹਦੇ ਤੇ ਕਰਕੇ ਤੂੰ ਸ਼ਿਕਾਇਤ ਦਿਓ ਕਰੋਗੇ ਐਡ ਆਟੋਮੈਟਿਕਲੀ ਸ਼ਿਕਾਇਤ ਤੇ ਉੱਥੇ ਪਹੁੰਚ ਜਾਣਾ ਪੰਜਾਬ ਸਰਕਾਰ ਦੇ ਵੱਲੋਂ ਐਨ ਆਰ ਆਈ ਵਾਸਤੇ ਕੰਟਰੋਲ ਰੂਮ ਜਿਹੜਾ ਵੈ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਵੈ ਐਨ ਆਰ ਆਈ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਕਰਨੀ ਹੋਵੇ ਤਾਂ ਕੰਟਰੋਲ ਰੂਮ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ WhatsApp ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਔਰ ਇਸ ਦੇ ਲਈ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੈਬਸਾਈਟ ਵੀ ਐਨਆਰਆਈ ਭਰਾਵਾਂ ਵਾਸਤੇ ਬਣਾਈ ਗਈ ਹੈ ਤਾਂ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਕੋਈ ਸਮੱਸਿਆ ਜਾਂ ਕੋਈ ਸੁਝਾਅ ਸਰਕਾਰ ਨੂੰ ਦੇਣਾ ਹੈ ਤਾਂ ਉਸ ਵੈਬਸਾਈਟ ਦੇ ਜ਼ਰੀਏ ਦਿੱਤਾ ਜਾ ਸਕਦਾ ਹੈ ਜੇਕਰ ਕਿਸੇ ਐਨਆਰਆਈ ਨੂੰ ਪੁਲਿਸ ਤੰਗ ਕਰਦੀ ਹੈ ਜਾਂ ਪਰੇਸ਼ਾਨੀ ਪ੍ਰੋਪਰਟੀ ਨੂੰ ਲੈ ਕੇ ਹੁੰਦੀ ਹੈ ਤਾਂ ਕੰਟਰੋਲ ਰੂਮ ਤੇ ਫੋਨ ਵੀ ਐਨਆਰਆਈ ਵਾਸਤੇ ਕੀਤਾ ਜਾ ਸਕਦਾ ਹੈ ਗੱਲਬਾਤ ਕਰਾਂਗੇ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ ਸਾਡੇ ਨਾਲ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਵੈਬਸਾਈਟ ਸਰਕਾਰ ਦੇ ਵੱਲੋਂ ਲਾਂਚ ਕੀਤੀ ਗਈ ਇਸ ਦਾ ਵੀ ਜ਼ਿਕਰ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਕੰਟਰੋਲ ਰੂਮ ਦਾ ਜ਼ਿਕਰ ਕਰ ਲੈਣੇ ਆ ਕਿ ਕੰਟਰੋਲ ਰੂਮ ਬਣਾਇਆ ਗਿਆ WhatsApp ਨੰਬਰ ਹੈ 9309388088 ਇਸ ਦੇ ਨਾਲ ਨਾਲ ਲੈਂਡਲਾਈਨ ਨੰਬਰ ਵੀ ਹੈ 01722260042 ਇਹ ਕਿਤੇ ਵੀ ਬੈਠੇ ਐਨਆਰਆਈ ਇਹਨਾਂ ਵਟਸਐਪ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਔਰ ਇਸ ਕੰਟਰੋਲ ਨੂੰ ਬਣਾਉਣ ਦੇ ਪਿੱਛੇ ਵਜ੍ਹਾ ਕੀ ਹੈ ਕਿਉਂ ਇਸ ਤਰੀਕੇ ਨਾਲ ਕੰਟਰੋਲ ਰੂਮ ਬਣਾਇਆ ਗਿਆ ਔਰ ਕਿਸ ਤਰੀਕੇ ਨਾਲ ਇਹ ਕੰਟਰੋਲ ਰੂਮ ਕੰਮ ਕਰਦਾ ਹੈ ਨਹੀਂ ਅਸੀਂ ਅੱਜ 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 ਇੱਕ ਬਹੁਤ ਇਤਿਹਾਸਕ ਕਦਮ ਸਾਡੇ ਮਾਣਯੋਗ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਨੇ ਅੱਜ ਸਾਡੇ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਹੈ ਇਹ ਅੱਜ ਅਨਰਾਈ ਵੀ ਦਮਾਸਤੇ ਇਹ ਇਹਨੂੰ ਅੱਜ ਓਪਨ ਕੀਤਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਬਹੁਤ ਦੂਰੋਂ ਆਡੇ ਤੋਂ ਲੋਕਾਂ ਦਾ ਆਉਣਾ ਮੁਸ਼ਕਲ ਹੈ ਉਹ ਜੋ ਵੀ ਉਹਨਾਂ ਨੇ ਸਾਨੂੰ ਕੋਈ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਪ੍ਰਾਪਰਟੀ ਦੇ ਮਸਲੇ ਆ ਕੁਝ ਵੀ ਆ ਉਹ ਸਾਡੀ ਵੈਬਸਾਈਟ ਤੇ ਜਾ ਸਾਨੂੰ ਪਾਉਣ ਜਿੱਦਾਂ ਅਸੀਂ ਇਹਨਾਂ ਦੇ ਮਿਲਨੀਆਂ ਕਰਦੇ ਤੇ ਉਸ ਤੋਂ ਪਹਿਲਾਂ ਹੀ ਅਸੀਂ ਉਹਨਾਂ ਦੇ ਮਸਲੇ ਹਲਕਾਂ ਦੀ ਕੋਸ਼ਿਸ਼ ਕਰੀਏ ਜਾਂ ਜਦੋਂ ਆਉਣ ਅਸੀਂ ਉਹਨਾਂ ਦੀ ਤਿਆਰੀ ਕੀਤੀ ਹੋਵੇ ਇਹ ਵੈਬਸਾਈਟ ਦਾ ਨਾਮ ਇਹ ਦੱਸੋ nri.punjab.gov.in ਹਾਂ ਇਹ ਇਹਦਾ ਇੱਥੇ ਮਤਲਬ ਇਹ ਜੇ ਆਪਾਂ ਇੱਥੇ ਜਾਵਾਂਗੇ ਤੇ ਇਹਨਾਂ ਦਾ ਸਕੀਮ ਸਕੀਮ ਨੇ ਐਨਆਰਆਈ ਦਾ ਟਾਚਾ ਬੜੋਣਾ ਹਾਂ ਤੇ ਜਿਹੜੇ ਰੂਟਸ ਜਿਹੜੇ ਕਨੈਕਟ ਵਿਦ ਰੂਟਸ ਜਿਹੜੇ ਨਾ ਅਸੀਂ ਬਾਹਰਲੇ ਦੇਸ਼ਾਂ ਤੋਂ ਵੀ ਜਿਹੜੇ ਬੱਚੇ ਆ ਅੱਜ ਸੀਐਮ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦਾ ਦਾਦਾ ਜੀ ਦਾਦਾ ਰੂਟਸ ਤੇ ਉਹ ਹੀ ਨੇ ਨਾ ਉਹ ਵੀ ਨਾਲ ਲਾਉਣ ਦੂਜਾ ਐਨਆਰਆਈ ਸਭਾ ਜਿਹੜੀ ਪੰਜਾਬ ਦੀ ਸਾਡੀ ਸਸਤਾ ਜਿਹੜੀ ਹੈ ਇਹਦੇ ਬਾਅਦ ਵਿੱਚ ਬਾਕੀ ਜਿਹਨੇ ਐਨਆਰਆਈ ਜੇ ਤੂੰ ਸ਼ਿਕਾਇਤ ਕਰਨੀ ਆ ਇੱਥੇ ਚੱਲ ਜਾਓ ਇਹਦੇ ਤੇ ਕਰਕੇ ਤੂੰ ਸ਼ਿਕਾਇਤ ਦਿਓ ਕਦੋਂਗੇ ਮੰਨ ਲਓ ਤੁਹਾਡੀ ਸ਼ਿਕਾਇਤ ਦਿਓ ਤੁਸੀਂ ਕਰਤੀ ਤੇ ਜੇ ਸ਼ਿਕਾਇਤ ਪੁਲਿਸ ਦੇ ਨਾਲ ਤੇ ਕਿਹੜੇ ਜ਼ਿਲ੍ਹੇ ਨਾਲ ਆਟੋਮੈਟਿਕਲੀ ਸ਼ਿਕਾਇਤ ਨੇ ਉੱਥੇ ਪਹੁੰਚ ਜਾਣਾ ਜੇ ਤੁਹਾਡੀ ਤੁਸੀਂ ਕਹਿ ਰਹੇ ਹੋ ਵੈਬਸਾਈਟ ਤੇ ਇੱਥੇ ਐਨਆਰਆਈ ਇਥੇ ਕਲਿੱਕ ਕੀਤਾ ਜਾਵੇ ਆਪਣੀ ਡਿਟੇਲ ਆਪਣੀ ਸ਼ਿਕਾਇਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਸ਼ਿਕਾਇਤ ਜਿਹੜੀ ਹੈ ਸ਼ਿਕਾਇਤ ਆਪਣੇ ਆਪ ਹੀ ਮੰਦੋ ਕਿਸੇ ਕੋਹਾ ਹਾਉਣ ਨਾਲ ਉਹ ਜੁਗੀ ਮੰਦੋ ਅਮਸਰ ਦਾ ਬੰਦਾ ਆਟੋਮੈਟਿਕਲੀ ਉਹਦੀ ਸ਼ਿਕਾਇਤ ਕਰੋ ਕੈਨੇਡਾ ਬੈਠਾ ਅਮਰੀਕਾ ਬੈਠਾ ਉਹ ਕਿਤੇ ਵੀ ਬੈਠਾ ਉਹਦੀ ਸ਼ਿਕਾਇਤ ਆਪਣੇ ਆਪ ਜੇ ਪੁਲਿਸ ਨਾਲ ਸੰਬੰਧਤ ਹੈ ਤਾਂ SSP ਕੋ ਚਲ ਜੂਗੀ ਅਮਸਰ ਦੇ ਕੋ ਜੇ ਰੈਵਨਿਊ ਮੈਕਬਿਨਾ ਤਾਂ ਉਹ DC ਕੋ ਚਲੀ ਜਾਊਗੀ ਕੋਈ ਸਟੇਟਸ ਵੀ ਹੋਏਗਾ ਕਦੋਂ ਤੱਕ ਕਿੱਥੇ ਮਸਲਾ ਪਹੁੰਚਿਆ ਹੈ ਜਾਂ ਕਿਵੇਂ ਹੈ ਕਿ ਉਹ ਵੀ ਨਾਲ-ਨਾਲ ਦੱਸਾਂਗੇ ਉਹ ਵੀ ਇਹਦੇ ਤੇ ਆਈ ਜਾ ਕਰੂਗਾ ਕਿ ਤੁਹਾਡਾ ਮਸਲਾ ਕਿੱਥੇ ਪਹੁੰਚ ਗਿਆ ਕਿੰਨਾ ਹੱਲ ਹੋ ਗਿਆ ਅੱਜ ਸੀਐਮ ਸਾਹਿਬ ਨੇ ਇੱਕ ਫੈਸਲਾ ਕੀਤਾ ਬਹੁਤ ਇੰਪੋਰਟੈਂਟ ਅੱਜ ਸੀਐਮ ਸਾਹਿਬ ਨੇ ਫੈਸਲਾ ਕੀਤਾ ਕਿ ਆਪਾਂ ਮਤਲਬ ਜਿਹੜਾ ਆ ਜਦੋਂ ਮਸਲਾ ਆਪਣੇ ਕੋ ਆ ਗਿਆ ਤੇ ਜਿਹੜੇ ਜੈਸ ਵੀ ਭਦਾ ਦਾ ਮਸਲਾ ਇਨੀਆ ਆ ਗਿਆ ਆਪਣੇ ਮਸਲੇ ਕਰਕੇ ਤੇ ਉਹਦੇ ਜਿਹੜੇ ਡਿਪਾਰਟਮੈਂਟ ਟਿਕਟ ਹੈ ਉਹਦੀ ਉਹਨੇ ਜਾਣਾ ਕਿਦੋਂ ਉਹ ਤੋਂ ਇੱਕ ਮਹੀਨਾ ਪਹਿਲਾਂ ਮਹੀਨੇ ਦੇ ਵਿੱਚ ਵਿੱਚ ਮਤਲਬ ਜੇ ਉਹਨੇ ਮਤਲਬ ਆਹ ਲੋ ਅੱਜ 29 ਤੀਕ ਹੈ ਅੱਜ ਜੇ ਉਹਨੇ ਸ਼ਿਕਾਇਤ ਕੀਤੀ ਹੈ ਤੇ ਉਹ ਸਾਨੂੰ ਕਹਿੰਦਾ ਭਈ ਮੈਂ ਤਾਂ 15 ਫਰਵਰੀ ਤੱਕ ਇੱਥੇ ਮੇਰਾ ਮਸਲਾ ਹੱਲ ਕਰ ਦਿਓ ਅਸੀਂ ਅਸੀਂ ਮਿਥ ਲਾਂਗੇ ਕਿ ਇਹ ਮਹੀਨੇ ਦੇ ਵਿੱਚ ਉਹ ਜਿਹੜਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਅੱਜ ਉਹਨਾਂ ਨੇ ਸਖਤ ਦਾਤਾਂ ਕੱਤੀਆਂ ਪਸਾਂ ਨੂੰ ਜਦੋਂ ਤੁਸੀਂ ਕਿਉਂਕਿ ਕਈ ਵਾਰ ਦੇਖਦੇ ਹਾਂ ਕਿ ਲੰਮਾ ਸਮਾਂ ਮਸਲੇ اٹਕੇ ਰਹਿੰਦੇ ਆ ਵਾਪਸ ਜਾਣਾ ਹੁੰਦਾ ਜਾਂ ਟਿਕਟ ਡਿਲੇ ਕਰਨੀ ਪੈਂਦੀ ਜਾਂ ਚਲੇ ਜਾਣਾ ਪੈਂਦਾ ਬਾਅਦ ਬਾਅਦ ਉਹਨਾਂ ਨੂੰ ਟਿਕਟ ਡਿਲੇ ਡਿਲੇ ਕਰਦੇ ਆ ਉਹਨਾਂ ਦਾ ਬਿਜ਼ਨਸ ਖਰਾਬ ਹੁੰਦਾ ਬਹੁਤ ਨੁਕਸਾਨ ਹੁੰਦਾ ਸੋ ਅਸੀਂ ਉਹ ਤਾਂ ਕਰਤਾ ਕਿ ਬੰਦਾ ਇੱਕ ਮਹੀਨੇ ਦੇ ਵਿੱਚ ਉਹ ਜੋ ਦੀ ਮਤਲਬ ਕੰਪਲੀਟ ਜਿਹੜੀ ਆ ਉਹ ਹੱਲ ਇਹ ਅਗਲੀ ਅਗਲੇ ਕੋਲਮ ਤੇ ਜਾਈਏ ਸਰਵਿਸ ਸਰਵਿਸ ਕਿਹਾ ਕਿ ਅਸੀਂ ਕੀ ਕੀ ਸੇਵਾਸ ਦਨੇ ਆ ਕੀ ਕੀ ਬਲਦੇ ਤਾਂ ਤੁਹਾਨੂੰ ਡਾਕੂਮੈਂਟ ਕੀ ਕੀ ਚਾਹੀਦਾ ਸਾਰਾ ਉਹ ਸਾਰੀ ਚੀਜ਼ ਜੀ ਜੋ ਵੀ ਹੈ ਇਹਨੂੰ ਥੋੜਾ ਅੱਗੇ ਕਰੀਏ ਤਾਂ ਇਹ ਸਾਰੀ ਡਿਟੇਲ ਲਿਖੀਏ ਫਿਰ ਡਿਟੇਲਸ ਸਾਦੀ ਆਪਾਂ ਲਿਖੀਆ ਵੀ ਕੀ ਕੀ ਇਹਨ ਲਈ ਚਾਹੀਦਾ ਕੀ ਕੀ ਤੁਸੀਂ ਬਤਾਦਾ ਸਾਦਾ ਕੁਝ ਆ ਬਹੁਤ ਵਧੀਆ ਅਸੀਂ ਇੱਥੇ 6 ਮਹੀਨੇ ਮਿਹਨਤ ਕਰਕੇ ਬਹੁਤ ਵਧੀਆ ਬਣਾਇਆ ਇਹ ਤਾਂ ਮੀਡੀਆ ਕਰ ਲਈ ਆ ਵੀ ਕੀ ਕੀ ਅਸੀਂ ਐਕਟੀਵਿਟੀ ਕਰਦੇ ਆ ਸਮਝਦੇ ਕਿ ਦੀ ਗੱਲ ਹੋਰ ਜਾਣਕਾਰੀ ਦੇਣੀ ਉਹ ਵੀ ਅੱਜ ਤੱਕ ਸਾਡੀਆਂ ਪਿਛਲੀਆਂ ਐਨ ਆਰ ਆਈਜ਼ ਦੀਆਂ ਜਿਹੜੀਆਂ ਮਿਲਨੀਆਂ ਸੀਗੀਆਂ ਉਹਦੇ ਤੇ ਅਸੀਂ ਸਾਡੇ ਫੋਟੋ ਦੂਸਰੇ ਵੀ ਕੁਝ ਲੋਕ ਇਹ ਵੀ ਕਹਿ ਰਹੇ ਕਿ ਅਸੀਂ ਜਿਹੜੀ ਪਿਛਲੀ ਐਨਆਰਆਈ ਮਿਲਨੀਆ ਕੀਤੀਆਂ ਸੀ ਉਹ ਉਹ ਉਸ ਦੇ ਹੱਲ ਹੋਏ ਜਾਂ ਉਹ ਕਿੱਥੋਂ ਤੱਕ ਪਹੁੰਚੀਆਂ ਕੀ ਕੁਝ ਹੋਇਆ ਉਹ ਵੀ ਡਿਟੇਲ ਹੋਏਗੀ ਜਾਂ ਨਹੀਂ ਉਹ ਵੀ ਇਹਦੇ ਵਿੱਚ ਡਿਟੇਲ ਹੋਊਗੀ ਜਿੱਦਾਂ ਪਿਛਲੇ ਪਿਛਲੇ ਸਾਲ ਅਸੀਂ 5 ਐਨਆਰਆਈ ਮਿਲਨੀ ਕੀਤੀਆਂ ਸੀਗੀਆਂ ਤੇ ਸਾਡੇ ਕੋਲ 605 ਐਨਆਰਆਈ ਨੇ ਕੇਸ ਦਿੱਤੇ ਹੀ ਆਪ ਆ ਕੇ ਮੁਖਤ ਤੇ ਅਸੀਂ ਉਹਦੇ ਚੋਂ 595 ਹੱਲ ਕਰਤੇ 8-9 ਕੇਸ ਆ ਜਿਹੜੇ ਕੋਟਾਂ ਦੇ ਵਿੱਚ ਆ ਉਹ ਕੋਟਾਂ ਦੇ ਵਿੱਚ ਕਿਤੇ ਸਟੇ ਹੋਆ ਕਿਤੇ ਕੁਝ ਹੋਆ ਬਾਕੀ ਅਸੀਂ ਹਲਕਾ ਤੇ ਉਹ ਵੀ ਇਹੀ ਤੇ ਡਿਟੇਲ ਪਾ ਦੇ ਉਹ ਪੈ ਜੂਗੀ ਤੇ ਡਿਟੇਲ ਵੀ ਕਿਰਕਟ ਨਾਲ ਨਾਲ ਤੁਸੀਂ ਕੰਟੈਕਟ ਨੰਬਰ ਵੀ ਦਿੱਤਾ ਹੈ 9056009884 ਉਹ ਟਾਈਮ ਲਿਖਿਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਮੰਗਲ ਮੰਡੇ ਟੂ ਫਰਡੇ ਇਹ ਇਹ ਇਸ ਦਾ ਮਤਲਬ ਕੀ ਹੈ ਜੀ ਕਿਵੇਂ ਨੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਆ ਫੋਨ ਨੰਬਰ ਇੱਕ ਤੇ ਕੰਟਰੋਲ ਰੂਮ ਦਾ ਵੀ ਹੈਗਾ ਇੱਕ ਇਹ ਸਾਡੇ ਕੋਲ ਫੋਨ ਨੰਬਰ ਹੈ ਇਹ ਜਿਹੜਾ ਤੁਸੀਂ ਮਤਲਬ ਮੰਡੇ ਤੋਂ ਲੈ ਕੇ ਫ라이ਡੇ ਪੰਜ ਦਿਨ ਜਿਹੜਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਹੋ ਕੋਈ ਕੋਈ ਅਧਿਕਾਰੀ ਬੈਠਾ ਹੋਈ ਕੋਈ ਵੀ ਅਧਿਕਾਰੀ ਹੋਊਗਾ ਸਾਡੇ ਕੋਲ ਉਹ ਉਹ ਦਿਖਾ ਦਿਨ ਤੁਸੀਂ ਦੱਸ ਸਕਦੇ ਹੋ ਜੀ ਫੋਨ ਦੀ ਲੋੜ ਵੀ ਆਦੀ ਦੂਸਰਾ ਜਿਹੜਾ ਕੰਟਰੋਲ ਰੂਮ ਦਾ ਮੈਂ ਜ਼ਿਕਰ ਕੀਤਾ ਸੀ ਇੱਥੇ ਕਿੰਨੇ ਤੋਂ ਕਿੰਨੇ ਤੋਂ ਕਿੰਨੇ ਅਗਰ ਕਿਸੇ ਨਾਲ ਗੱਲਬਾਤ ਕਰਨੀ ਹੈ ਕਿਵੇਂ ਕਰਨੀ ਹੈ ਇਹ ਵਟਸਐਪ ਨੰਬਰ ਹੈ 9309388088 ਜਾਂ ਤੁਸੀਂ ਅਧਿਕਾਰੀ ਦਾ ਨਾਮ ਲਿਖਿਆ ਕਰਨਦੀਪ ਸਿੰਘ ਇਹਦੇ ਕੋ ਡਿਸਟ੍ਰਿਕਟ ਆ ਕਪੂਰਥਲਾ ਫਤਿਹਗੜ ਬ ਮੋਹਾਲੀ ਲੁਧਿਆਣਾ ਬਠਿੰਡਾ ਅਸੀਂ ਜਿੱਦਾਂ ਮਤਲਬ ਜਿਹੜੇ ਬੰਦ ਮੁੰਡੇ ਇੱਥੇ ਲਾਏ ਆ 6-7 ਮੁੰਡੇ ਸਾਡੇ ਸਾਦਾਂ ਨੂੰ ਜ਼ਿਲ੍ਹੇ ਵੰਡ ਕੇ ਦਿੱਤੇ ਡਿਸਟ੍ਰਿਕਟ ਵੰਡੇ ਜੇ ਇਸ ਜ਼ਿਲ੍ਹੇ ਦੀ ਸ਼ਿਕਾਇਤ ਆਈ ਉਹ ਬੰਦਾ ਹੱਲ ਕਰੂਗਾ ਇਹਦੀ ਅੱਜ ਤੋਂ ਜਿੱਦਾਂ ਮੰਨ ਲਓ ਸ਼ਿਕਾਇਤ ਆ ਗਈ ਮੋਹਾਲੀ ਦੀ ਆ ਗਈ ਕਰਨਦੀਪ ਦਾ ਉਹ ਕੋਣ ਚਾਦਿਆ ਕਰਨਦੀਪ ਆ ਕਰਨਦੀਪ ਕੋ ਤੇ ਉਸੇ ਲਈ ਮਹਾਲੀ ਦੇ ਐਸਐਸਪੀ ਨੂੰ ਡੀਸੀ ਨੂੰ ਜਿਹਦੇ ਕੋ ਵੀ ਉਹ ਇਥੇ ਫਾਲੋਅ ਅਪ ਕਰੂਗਾ ਤੇ ਮੈਂ ਉਹਨੂੰ ਦੱਸੂਗਾ ਹਾਂ ਸਾਦੀ ਤੇ ਮੁੰਡੇ ਤੇ ਕੰਮ ਕਰਦੇ 5 ਵਜੇ ਚਲ ਜਾਂਦੇ ਦੂਸਰੇ ਇੱਕ ਸੀਐਮ ਨੇ ਬੜੀ ਅਹਿਮ ਗੱਲ ਕਹੀ ਕਿ ਪਹਿਲਾਂ ਪੁਲਿਸ ਮਿਲੀ ਭਗਤ ਹੁੰਦੀ ਸੀ ਔਰ ਮਿਲ ਜਾਂਦੇ ਸੀਗੇ ਆਪਣੇ ਚਾਹੇ ਟਰੈਵਲ ਏਜੰਟਰਾਂ ਦੇ ਸ਼ਿਕਾਰ ਹੋਣ ਜਾਂ ਫਿਰ ਟ੍ਰੈਵਲ ਏਜੰਟਾਂ ਦੇ ਕਾਰਵਾਈ ਕਰਨੀ ਹੋਵੇ ਉਹਨੂੰ ਤੁਹਾਨੂੰ ਜ਼ਿੰਮਾ ਦਿੱਤਾ ਗਿਆ ਤੁਹਾਡੀ ਨੈਟਵਰਕਿੰਗ ਕਿਵੇਂ ਹੋਏਗੀ ਜਾਂ ਕਿਵੇਂ ਚੱਲੇਗੀ ਨਹੀਂ ਸਾਡਾ ਕੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਕੋਲ ਬਹੁਤ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਇੱਕ ਤਾਂ ਜਦੋਂ ਦੇ ਸਟੂਡੈਂਟ ਵੀ ਜੇ ਲੱਗਣੇ ਸ਼ੁਰੂ ਹੋਏ ਉਹ ਚ ਸ਼ਿਕਾਇਤਾਂ ਹੁੰਦੀਆਂ ਕਿ ਸਾਡਾ ਵੀਜ਼ਾ ਨਹੀਂ ਲੱਗਾ ਜੀ ਏਜੰਟ ਨੇ ਸਾਡੇ ਕੋਲ ਪੈਸੇ ਲੈ ਲਏ ਜੀ ਸਾਡਾ ਸਾਡਾ ਉੱਥੋਂ ਵਰਕ ਪਰਮਿਟ ਦੀ ਹਾਂ ਕੀਤੀ ਸੀਗੀ ਉਹ ਜਦੋਂ ਇਹ ਮਸਲੇ ਭੇਜਦੇ ਸੀ ਨਾ ਹੋਮ ਮਿਨਿਸਟਰ ਹੋਮ ਡਿਪਾਰਟਮੈਂਟ ਦੇ ਜਾਂਦੇ ਉਹ ਅੱਜ ਸੀਐਮ ਸਾਹਿਬ ਨੇ ਕਿਹਾ ਵੀ ਨਹੀਂ ਸਿੱਧੇ ਤੁਸੀਂ ਇਹਨਾਂ ਦਾ ਡਿਪਾਰਟਮੈਂਟ ਜਿਹੜਾ ਇਹਨੂੰ ਤੁਸੀਂ ਦੇਖਣਾ ਤੁਸੀਂ ਹੱਲ ਕਰਨਾ ਜਿਹੜੇ ਟਰੈਵਲ ਏਜੰਟ ਪੰਜਾਬ ਦੇ ਠਗੀਆਂ ਮਾਰਦੇ ਆ ਲੋਕਾਂ ਦਾ ਧੋਖਾ ਕਰਦੇ ਉਹਨਾਂ ਦੇ ਖਿਲਾਫ ਉਹਨਾਂ ਨੇ ਕਹਿਤਾ ਆਪਸਾਨੂੰ ਵੀ ਜਮੇ ਹਾਜ਼ਰੀ ਕਿ ਵੀ ਸਖਤ ਕਾਰਵਾਈ ਕਰੋ ਇੱਕ ਉਹਦੇ ਨਾਲ ਨਾਲ ਸਾਨੂੰ ਉਹ ਜਿਹੜੀਆਂ ਤੁਸੀਂ ਦੇਖਿਆ ਪਿਛਲੇ ਕਾਫੀ ਸਮੇ ਤੋਂ ਆਪਣੇ ਨੌਜਵਾਨਾਂ ਦੀਆਂ ਬਲੋ ਬੜੀਆਂ ਬਾਅਦ ਡੈਥਸ ਹੋ ਰਹੀਆਂ ਡੈਡ ਬੋਡੀ ਲਿਆਉਣ ਦੀ ਬਹੁਤ ਲਿਆਉਂਦੀਆਂ ਬਹੁਤ ਅਸੀਂ ਥੋੜੀ ਇਹ ਕੰਮ ਕਰਦੇ ਆ ਤੇ ਉਹਨਾਂ ਵਾਸਤੇ ਵੀ ਸਾਨੂੰ ਆਇਆ ਹੋਮ ਮਿਨਿਸਟਰੀ ਜਾਣਾ ਪੈਂਦਾ ਤੇ ਉਹਨਾਂ ਨੇ ਉਹ ਵੀ ਕਿਹਾ ਵੀ ਨਹੀਂ ਤੁਸੀਂ ਸਿੱਧਾ ਵਿਦੇਸ਼ ਮਤਾਲੇ ਦੇ ਨਾਲ ਸਿੱਧੇ ਤੁਸੀਂ ਸੰਪਰਕ ਜੋਗੇ ਤੇ ਸਿੱਧੇ ਤੁਸੀਂ ਕਦੋਂਗੇ ਇਹਦੇ ਤੇ ਥੋੜਾ ਉਹਨਾਂ ਨੂੰ ਸੋਧ ਕਰਨੀ ਪੈਣੀ ਹੈ ਉਹ ਹੋਮ ਮਿਨਿਸਟਰ ਕੋਈ ਮਹਿਕਮਾ ਹੈ ਉਹਨਾਂ ਕੋ ਉਹ ਕਹਿੰਦੇ ਮੈਂ ਆਪੇ ਕਰਕੇ ਤੁਹਾਨੂੰ ਇਹ ਅਧਿਕਾਰ ਖੇਤਰ ਜਿਹੜਾ ਤੁਹਾਡਾ ਪਿਛਲੀ ਵਾਰ ਜਿਹੜੀਆਂ ਤੁਸੀਂ ਮਿਲਣੀਆਂ ਕੀਤੀਆਂ ਇਸ ਵਾਰ ਵੀ ਕਦੋਂ ਤੇ ਕਿੱਥੇ ਰੱਖੀਆਂ ਗਈਆਂ ਕੀ ਜਲੰਧਰ ਲੁਧਿਆਣਾ ਪਟਿਆਲਾ ਹੀ ਹੋਏਗਾ ਜਾਂ ਹੋਰ ਥਾਵਾ ਹੋਰ ਜਗ੍ਹਾ ਹੋਰ ਥਾਵਾਂ ਤੇ ਆਣਗੇ ਔਰ ਕਦੋ-ਕਦੋ ਕਿਹੜੀ-ਕਿਹੜੀ ਰੱਖੀ ਨਹੀਂ ਅਸੀਂ ਜਗ੍ਹਾ ਬਦਲਤੀਆਂ ਹਾਂ ਮਤਲਬ ਅਸੀਂ ਪਿਛਲੇ 5 ਜਿਹੜੀਆਂ ਕੀਤੀਆਂ ਅਸੀਂ ਉਹਨਾਂ ਥਾਵਾਂ ਤੇ ਨਹੀਂ ਉਹਦਾ ਇੱਕ ਇੱਕ ਸੀਐਫ ਸਾਹਿਬ ਨੇ ਬਹੁਤ ਵਧੀਆ ਸਜਾ ਦਿੱਤਾ ਉਹ ਕਹਿੰਦੇ ਕਿ ਉੱਥੇ ਕਦੋਂ ਜਿੱਥੇ ਹੈਰੀਟੇਜ ਵੀ ਨਾਲ ਆਪਾਂ ਦਿਖਾਈਏ ਪੰਜਾਬ ਵੀ ਦਿਖਾਈਏ ਸੋ ਅਸੀਂ ਪਹਿਲੀ ਜਿਹੜੀ ਕਰਦੇ ਹਾਂ ਉਹ ਜੀ ਸਾਗਰ ਤੇ ਕਰਦੇ ਡੈਮ ਦੇ ਉੱਤੇ ਪਠਾਨ ਪਠਾਨਕੋਟ ਦਾ ਜ਼ਿਕਰ ਹਾਂ ਪਠਾਨਕੋਟ ਉੱਥੇ ਕਰਾਂਗੇ ਉੱਥੇ ਕਰਨ ਦਾ ਮਕਸਦ ਉੱਥੇ ਕੰਦ ਦਾ ਮਕਸਦ ਇਹ ਚਲ ਮਕਸਦ ਤੇ ਟੋਟਲ ਤੇ ਇਹ ਹੀ ਹੈ ਕਿ ਇਹਨਾਂ ਦੀਆਂ ਸਮੱਸਿਆਵਾਂ ਹਲ ਕਰਦੀਆਂ ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦਿਖਾਉਣਾ ਕਿ ਸਾਡੇ ਕੋਲ ਪੰਜਾਬ ਦੇ ਕੋਲ ਕਿੰਨਾ ਮਤਲਬ ਕੀਮਤੀ ਜਿਹੜਾ ਸਾਡੇ ਹਾਂ ਮਤਲਬ ਹੈਗਾ ਸਾਡਾ ਹਿੱਲੀ ਏਰੀਆ ਕਿੰਨਾ ਸਾਡੇ ਕੋਲ ਝੀਲਾਂ ਕਿੰਨੀਆਂ ਸਾਡੇ ਕੋਲ ਡੈਮ ਕਿੰਨੇ ਆ ਬਹੁਤ ਸਾਰੇ ਲੋਕ ਮਤਲਬ ਉਹ ਆਉਣਗੇ ਦੇਖਣਗੇ ਵੀ ਤੇ ਹੋ ਸਕਦਾ ਉਹਨਾਂ ਚੋਂ ਕਈ ਲੋਕ ਜਿਹੜੇ ਮਤਲਬ ਉੱਥੇ ਇਨਵੈਸਟ ਕਰਨ ਬਾਰੇ ਵੀ ਸੋਚਣਗੇ ਜਾਂ ਪੰਜਾਬ ਦਾ ਬਹੁਤ ਹੋ ਜਾ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਪਚਾਇਆ ਦਿੰਨੂ ਕਿ ਨਹੀਂ ਵੇਖਿਆ ਕਈਆਂ ਨੇ ਜੋ ਦੇਖਣਗੇ ਉਹ ਜਾ ਦਤਾ ਬਹੁਤ ਵਧੀਆ ਜੇ ਬਾਦ ਇੰਨੇ ਵਧੀਆ ਝੀਲਾਂ ਨੇ ਬੀਚਾਂ ਨੇ ਤੇ ਪੰਜਾਬ ਚ ਵੀ ਬਹੁਤ ਕੁਝ ਹੈ ਦੂਸਰੇ ਵੀ ਕੀ ਸਭ ਤੋਂ ਜ਼ਿਆਦਾ ਐਨ ਆਰ ਆਈ ਆਪਣੀਆਂ ਹੁਣ ਜ਼ਮੀਨਾਂ ਘਰ ਵੇਚ ਰਹੇ ਹੈ ਹਾਂ ਉਨਾਂ ਲਈ ਵੀ ਕੋਈ ਹੈ ਕਿ ਘਰ ਨਾਲ ਵਚਨ ਵਾਪਸ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਕਿ ਆਪਣੇ ਰੂਟ ਨਾਲ ਜਿਹੜੀ ਉੱਥੋਂ ਦੀ ਜਨਰੇਸ਼ਨ ਹੁਣ ਸੈਕਿੰਡ ਜਨਰੇਸ਼ਨ ਹੈ ਉਹ ਵੀ ਇੱਥੇ ਆ ਕੇ ਕੰਮ ਕਰ ਸਕਣੇ ਹਨਾਂ ਲਈ ਵੀ ਕੋਈ ਪਲਾਨਿੰਗ ਹੈ ਜਾਂ ਉਹਨਾਂ ਲਈ ਵੀ ਪਲਾਨਿੰਗ ਅਸੀਂ ਕਰਦੇ ਹਾਂ ਇਸੇ ਕਰਕੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੀ ਧਰਤੀ ਨਾਲ ਜੋੜਨ ਵਾਸਤੇ ਬੱਸਾਂ ਪੰਜਾਬ ਦੇ ਵਿੱਚ ਚਲਾਵਾਂਗੇ ਉਦੋਂ ਬੱਚੇ ਹੋਣਗੇ ਪਤਾ ਅੱਜ ਪਹਿਲਾ ਕੱਲ੍ਹ ਬੱਚੇ ਹੁੰਦੇ ਸੀ ਪਤਾ ਸੀਐਮ ਸਾਹਿਬ ਨੇ ਕਿਹਾ ਨਹੀਂ ਉਹਨਾਂ ਦਾ ਜਾਂ ਗ੍ਰੈਂਟ ਮਤਲਬ ਜਿਹੜਾ ਦਾਦਾ ਜਾਂ ਮਤਲਬ ਉਹਦਾ ਦੇ ਦਾਦਾ ਜੀ ਜਾਂ ਉਹਨਾਂ ਦੇ ਪਿਤਾ ਜੀ ਮਾਤਾ ਜੀ ਦਾਦੀ ਜੀ ਕੋਈ ਵੀ ਉਹ ਨਾਲ ਹੋਣ ਚਾਹੀਦੇ ਉਹ ਦੱਸਣਗੇ ਆਪਣੇ ਪਿੰਡਾਂ ਬਾਰੇ ਸਭ ਤੋਂ ਜ਼ਿਆਦਾ ਕੁਝ ਉਹਨਾਂ ਨੂੰ ਜ਼ਿਆਦਾ ਪਤਾ ਦੂਸਰੇ ਵੀ ਕਿ ਇੱਥੇ ਤਾਂ ਤੁਸੀਂ ਬਣਾ ਦਿੱਤਾ ਸੈਂਟਰ ਕਈ ਵਾਰ 에어ਪੋਰਟ ਦੇ ਉੱਤੇ ਦਿੱਲੀ ਬਹੁਤ سارے ਲੋਕ ਤੱਕੇ ਖਾਂਦੇ ਆ ਉਹਨਾਂ ਨੂੰ ਸਮਝ ਨਹੀਂ ਆਂਦੀ ਜਾਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ 에어ਪੋਰਟ ਤੇ ਵੀ ਤੁਹਾਡੀ ਪਲੈਨਿੰਗ ਹੈ ਕਿ ਉੱਥੇ ਕੋਈ ਕਿਸੇ ਤਰੀਕੇ ਨਾਲ ਕੀਤਾ ਜਾ ਸਕੇ ਨਹੀਂ ਭਾਈ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਜਾਣਕਾਰੀ ਵੀ ਦਿੱਤੀ ਹੈ ਸਾਡੀ ਦੁਨੀਆ ਦੇ ਇਹਨਾਂ ਦੇ ਵੀਰਾਂ ਨੂੰ ਵੀ ਦੱਸਿਆ ਅਸੀਂ ਇਸ ਸੇਮੀ ਨਿਕਮਿੰਗ ਜਨਵਰੀ ਦੇ ਵਿੱਚ ਚਵੀ ਦੇ ਵਿੱਚ ਸਮਝੋ ਇਹ ਐਨਡੀਆਈ ਲਈ ਸੀਐਮ ਸਾਹਿਬ ਦਾ ਬਹੁਤ ਵੱਡਾ ਇੱਕ ਤੋਹਫਾ ਹੋਊਗਾ ਕਿ ਅਸੀਂ ਦਿੱਲੀ 에ਰਪੋਰਟ ਦੇ ਉੱਤੇ ਜਿਹੜਾ ਰੇਵਲ ਵਾਲਾ ਏਰੀਆ ਉਹਦੇ ਵਿੱਚ ਅਸੀਂ ਬਿਲਕੁਲ ਇੱਕ ਪੰਜਾਬ ਹੈਲਪ ਸੈਂਟਰ ਜਿਹੜਾ ਖੋਦ ਹੈ ਐਨਡੀਆਈਸ ਵਾਸਤੇ ਕਿ ਬੰਦਾ ਮੰਨ ਲਓ ਕੈਨੇਡਾ ਤੋਂ ਆਇਆ ਆ ਕੇ ਉਹਦਾ ਉੱਥੇ ਬੈਗ ਗੁੰਮ ਹੋ ਗਿਆ ਕਿਹਦੇ ਪਾਸਪੋਰਟ ਗੁੰਮ ਹੋ ਜਾਂਦੇ ਆ ਕਿਹਦੀ ਟਿਕਟ ਗੁੰਮ ਹੋ ਗਈ ਕਿਹਦੀ ਗੱਡੀ ਨਹੀਂ ਆਈ ਕਿਸੇ ਨੂੰ ਰਹਿਣ ਦੀ ਸਮੱਸਿਆ ਤੇ ਅਸੀਂ ਬਕਾਇਦਾ ਉੱਥੇ ਇੱਕ ਸੈਂਟਰ ਆਪਣਾ ਖੋਦ ਹੈ ਉਹ ਉਹਦਾ ਮਤਲਬ ਕੀ ਹੈ ਕਿ ਜਿਹੜਾ ਵੀ ਕੋਈ ਆਂਦਾ ਦਾ ਜਿਸ ਨੂੰ ਕੋਈ ਪ੍ਰੋਬਲਮ ਆਉਗੀ ਉਹਨੂੰ ਉਹ ਸੋਚਣ ਦੀ ਲੋੜ ਨਹੀਂ ਹੋਊਗੀ ਭੇਖ ਤੇ ਉਹ 24 ਘੰਟੇ ਚੱਲੂਗਾ ਉਹ ਸੈਂਟਰ ਜਿਹੜਾ ਨਾ ਅਸੀਂ 24 ਘੰਟੇ ਸਾਡੇ ਅਧਿਕਾਰੀ ਬਹਿਣਗੇ ਟਾਈਮਿੰਗ ਐਸ ਸਾਹਿਬ ਨੇ ਸੈੱਟ ਕਰਾਂਗੇ ਸ਼ਿਫਟਾਂ ਵੰਡਾਂਗੇ ਉਹਦੇ ਵਿੱਚ 24 ਘੰਟੇ ਬਹਿਣਗੇ ਪੰਜਾਬ ਭਵਨ ਦੇ ਵਿੱਚ ਕਮਰੇ ਜਿਹੜੇ ਆ ਉਹ ਰੱਖਾਂਗੇ ਵੀ ਜੇ ਕਿਸੇ ਨੂੰ ਰਾਤ ਦੇਣਾ ਪਵੇ ਉਹ ਅੱਜ ਸੀਐਮ ਸਾਹਿਬ ਨੇ ਕੀਤਾ ਬਹੁਤ ਬੇਵੋਰੀ ਸਿਆਸਤ ਦੇ ਨਾਲ ਜੁੜਿਆ ਹੋਇਆ ਸਵਾਲ ਵੀ ਸੁਨੀਲ ਜਾਖੜ ਕਹਿ ਰਹੇ ਕਹਿੰਦੇ ਕਿ ਤਸਵੀਰਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਸੀ ਇਸ ਕਰਕੇ ਰਿਜੈਕ ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਕਰ ਦਿੱਤਾ ਸਿੱਧੇ ਤੌਰ ਤੇ ਕਿ ਅਗਰ ਮੇਰੀ ਤਸਵੀਰ ਕਿਤੇ ਵੀ ਦਿਖਾਓਗੇ ਤਾਂ ਫਿਰ ਮੈਂ ਰਾਜਨੀਤੀ ਛੱਡ ਦਾਂਗਾ ਵੱਡਾ ਬਿਆਨ ਤੇ ਵੱਡਾ ਚੈਲੰਜ ਜੜਾ ਨਾਲ ਲੋ ਕੀਤਾ ਗਿਆ ਸੁਨੀਲ ਜਾਖੜ ਨੂੰ ਸਿੱਧੇ ਤੌਰ ਤੇ ਪਰ ਮੈਂ ਤਾਂ ਕੋਈ ਸਾਹਿਬ ਇਹ ਦੇਖੋ ਕੱਲ ਮਤਲਬ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੱਲ ਜਦੋਂ ਪੀਸੀ ਕੀਤੀ ਉਹ ਮੈਨੂੰ ਬਹੁਤ ਦੁੱਖ ਹੋਇਆ ਦੁੱਖ ਹੋਇਆ ਤਾਂ ਮੈਨੂੰ ਆਪਣੇ ਆਪ ਤੇ ਸ਼ਰਮ ਵੀ ਆਈ ਕਿ ਜਦ ਅਸੀਂ ਕਿਹੜੇ ਪੰਜਾਬ ਚ ਰਹਿੰਦੇ ਹਾਂ ਕਿੱਥੇ ਇਦਾਂ ਦੇ ਲੀਡਰ ਨੇ ਜਿਹੜੇ ਪਲ ਪਲ ਤੇ ਪੰਜਾਬ ਦਾ ਧੋਖਾ ਮਾ ਦੇ ਜਿਹੜੇ ਕਹਿੰਦੇ ਕੁਛ ਆ ਕੇ ਅਸੀਂ ਪੰਜਾਬ ਦੇ ਲੀਡਰ ਆ ਪਰ ਹਮੇਸ਼ਾ ਹੀ ਥਰੋ ਜਿਹੜਾ ਕਮਾਉਂਦੇ ਆ ਉਹਦਾ ਮੇਰਾ ਖਿਆਲ ਹੈ ਜਿਹੜਾ ਅੱਜ ਸੀਐਮ ਸਾਹਿਬ ਨੇ ਇੰਨਾ ਵੱਡਾ ਦਲੇ ਦੀ ਵਾਲਾ ਸਟੈਂਡ ਲਿਆ ਕਿ ਮੈਂ ਰਾਜਨੀਤੀ ਛੱਡ ਦੂ ਸਾਫਤ ਕਰੋ ਤੇ ਮੇਰੇ ਖਿਆਲ ਜਖੜ ਸਾਹਿਬ ਨੂੰ ਸਾਫਤ ਕਰਨਾ ਚਾਹੀਦਾ ਕਿ ਕਿੱਥੇ ਕਿੱਥੇ ਉਹਨਾਂ ਦੀ ਫੋਟੋ ਲੱਗੀ ਕਿੱਥੇ ਸੀਗੀ ਉਹ ਕੁਛ ਵੀ ਨਹੀਂ ਝੂਠ ਝਿਟ ਉਹ ਤੁਸੀਂ ਰੋਜ਼ ਮੀਡੀਆ ਤੁਸੀਂ ਦੇ ਸੀਨੀਅਰ ਜਰਨਲਿਸਟ ਤੁਸੀਂ ਰੋਜ਼ ਜਾਣਦੇ ਹੋ ਪੀਸੀ ਦੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਜਖੜ ਸਾਹਿਬ ਦਾ ਹਾਲ ਕੀ ਸੀਗਾ ਜਦੋਂ ਉਹਨਾਂ ਕੋਲ ਝੂਠ ਬੁਲਾਇਆ ਜਾ ਰਿਹਾ ਸੀ ਨਵੇਂ ਨਵੇਂ ਗਏ ਨਾ ਬੀਜੇਪੀ ਚ ਕਿ ਉਹ ਕਾਂਗਰਸ ਦਾ ਝੂਠ ਹੋਤਾ ਤਾਂ ਦਾ ਬੀਜੇਪੀ ਦਾ ਹੋਤਾ ਉਹ ਡੰਡੇ ਦਾ ਬੀਜੇਪੀ ਵਾਲੇ ਕਦੋਂਦੇ ਆ ਉਹਨਾਂ ਨੇ ਲਿਖ ਕੇ ਭੇਜਿਆ ਕਿ ਆ ਬੋਲ ਹਲਾ ਇਹ ਗੱਲ ਹੈ ਨਹੀਂ ਜਿੰਨਾ ਬੋਲਿਆ ਬਿਲਕੁਲ ਗਲਤ ਬੋਲਿਆ ਬਿਲਕੁਲ ਝੂਠ ਬੋਲਿਆ ਉਹ ਇੱਕ ਗੱਲ ਜਿਹੜੀ ਸਭ ਤੋਂ ਮਤਲਬ ਜਿਹੜੀ ਮੈਨੂੰ ਚ ਵੀ ਕਿ ਉਹਨਾਂ ਨੇ ਕਹਿ ਜੀ ਨੌ ਵਾਰ ਪਹਿਲਾਂ ਵੀ ਇਦਾਂ ਹੋਇਆ ਨੌ ਵਾਰ ਪਹਿਲਾਂ ਵੀ ਇਦਾਂ ਚਲ ਗਿਆ ਨਹੀਂ ਮਤਲਬ ਉਹਨਾਂ ਨੇ ਦਿਖਾਈਆਂ ਇਹਦਾ ਮਤਲਬ ਕਿ ਨੌ ਵਾਰ ਦੇ ਜਿਹੜੇ ਮੁੱਖ ਮੰਤਰੀ ਸੀਗੇ ਸਰਕਾਰਾਂ ਦੇ ਪੰਜਾਬ ਦੇ ਵਿੱਚ ਜਾਂ ਕਾਂਗਰਸ ਦੀ ਸੀ ਜਾਂ ਅਕਾਲੀ ਦਲ ਬੀਜੇਪੀ ਦੀ ਸੀ ਤੁਸੀਂ ਬੋਲੇ ਨਹੀਂ ਜਾਂ ਤਾਨੂੰ ਆਪਣੇ ਪੁੱਤ ਦੇਖਦੇ ਆ ਤਾਨੂੰ ਆਪਣੀਆਂ ਧੀਆ ਦੇਖਦੀਆਂ ਆਪਣੀਆਂ ਨੋਮਾ ਦੇਖਦੀਆਂ ਤਾਨੂੰ ਜਿਹੜੇ ਪੰਜਾਬ ਦੀ ਕੁਰਬਾਨੀ ਕਰਕੇ ਸ਼ਹੀਦੇ ਆਜਮ ਭਗਤ ਸਿੰਘ ਹੋਣੀ ਕਤਾ ਸਰਾਬ ਹੋਣੀ ਉਦਮ ਸਿੰਘ ਹੋਣੀ ਲਾਲਾ ਲਾਜਪਤ ਰਾਏ ਹੋਣੀ ਜਲਿਆਂ ਵਾਲੇ ਬਾਗ ਵਾਲੇ ਸ਼ਹੀਦ ਕਿੰਨੀਆਂ ਕਦਰ ਲਹਿਰ ਦੇ ਸ਼ਹੀਦ ਬੱਬਰ ਕਲੀ ਕਿੰਨੇ ਸ਼ਹੀਦ ਹੋਏ ਪੰਜਾਬ ਦੇ ਚ ਸਾਧਾ ਨੂੰ ਚੇਤੇ ਨਹੀਂ ਆਏ ਕਿ ਕੰਨ ਸਰਕਾਰ ਇਹ ਕਿਉਂ ਕਰਦੀ ਹੈ ਲੇਕਿਨ ਜਿਹੜੀ ਰਾਜਨੀਤੀ ਛੱਡਣ ਦਾ ਜ਼ਿਕਰ ਕੀਤਾ ਸੁਨੀਲ ਜਾਕਰ ਜਵਾਬ ਦੇਣਗੇ ਦੇਣਾ ਦੇਣਾ ਚਾਹੀਦਾ ਉਹਨਾਂ ਨੂੰ ਦੇਣ ਜਾਂ ਛੱਡਣ ਆਪਰੇ ਝੂਠ ਲਈ ਉਹ ਛੱਡਨ ਮਾਨ ਸਾਹਿਬ ਨੇ ਕਿਹਾ ਨਹੀਂ ਤਾਂ ਉਹ ਉਹ ਛੱਡਨ ਉਹ ਕਹਿ ਰਹੇ ਹੋ ਕਿ ਸੁਨੀਲ ਜਾ ਕੇ ਰਾਜਨੀਤੀ ਛੱਡਨ ਜੇਕਰ ਪ੍ਰੂਫ ਨਹੀਂ ਦਿੰਦੇ ਤੇ ਪ੍ਰੂਫ ਨਹੀਂ ਦਿੰਦੇ ਤਾਂ ਛੱਡਣੀ ਚਾਹੀਦੀ ਹੈ ਉਹ ਮੈਂ ਤੁਹਾਡੇ ਲਈ ਦੇਤਾ ਤੇ ਫਿਰ ਭਗਵੰਤ ਮਾਨ ਛੱਡਣਗੇ ਮੈਂ ਸਾਡੇ ਸਾਡੇ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਾਖੜ ਪਤਵਾ ਬਹੁਤ ਲੰਮਾ ਸਮੇਂ ਦਾ ਸਿਆਸਤ ਦੇ ਵਿੱਚ ਸਿਧੀ ਸੁਨੀਲ ਜਾਖੜ ਜੀ ਦੇ ਪਿਤਾ ਚੌਦੀ ਬਜ਼ਾਮ ਜਾਖੜ ਜੀ ਕਾਂਗਰਸ ਦੇ ਬਹੁਤ ਵੱਡੇ ਸੀਨੀਅਰ ਲੀਡਰ ਦੇ ਦੇਸ਼ ਦੇ ਲੋਕ ਸਭਾ ਦੇ ਸਪੀਕਰ ਦੇ ਉਹ ਬਲ ਅਗਰੀਕਲਚਰ ਮਿਨਿਸਟਰ ਦੇ ਹੋਰ ਵੀ بڑے بڑے ਅਧਿਆਤੇ ਦੇ ਮੈਸਟਰ ਵੀ ਦੇ ਗੰਨਦ ਵੀ ਕਈ ਕੋਸ਼ ਦੇ ਸਰ ਪਿਛਲੇ 50 ਸਾਲਾਂ ਤੋਂ ਕਪਾਈ ਸਾਹਿਬ ਮੇਰੀ ਗੱਲ ਤੇ ਆਉਣਾ ਸੁਰੂ 50 ਸਾਲਾਂ ਤੋਂ ਲਗਾਤਾਰ ਸੈਂਟਰ ਸਰਕਾਰ ਦਾ ਪੰਜਾਬ ਨਾਲ ਵਿਸਕਦਾ ਕਰਦੀ ਆ ਰਹੀਆਂ ਚਾਹੇ ਉਹ ਪਾਣੀ ਦਾ ਮੁੱਦਾ ਹੋਵੇ ਚਾਹੇ ਉਹ ਇਲਾਕਾ ਏਰੀਆ ਦਾ ਮੁੱਦਾ ਹੋਵੇ ਇਲਾਕਿਆਂ ਦਾ ਮਸਲਾ ਹੋਵੇ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਉਹ 84 ਦਾ ਮਸਲਾ ਹੋਵੇ ਚਾਹੇ ਉਹ ਦਿੱਲੀ ਦੇ ਸਿੱਖ ਕਤਲੇਆਮ ਦਾ ਮਸਲਾ ਹੋਵੇ ਹੁਣ ਬੀਜੇਪੀ ਦੀ ਸਰਕਾਰ ਆਈ ਹੌਣ ਬੋਲੇ ਜਿਹੜਾ ਸਾਡੇ ਆਰਡੀਐਫ ਦੇ ਫੰਡ ਰੋਕੇ ਜਾ ਰਹੇ ਗਵੰਦਰ ਦੇ ਦਾਈ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹਰ ਤਰ੍ਹਾਂ ਦੇ ਫੰਡ ਰੋਕ ਤੇ ਹੁਣ ਚੱਕਿਆ ਜਾਖਰ ਪਦਵਾਦ ਹਮੇਸ਼ਾ ਪੰਜਾਬ ਨਾਲ ਖਲੋਣ ਦੀ ਬਜਾਏ ਕੇਂਦਰ ਨਾਲ ਖਲੋਂਦਾ ਦਿਆ ਹਮੇਸ਼ਾ ਇੱਕ ਵਾਰੀ ਮੈਂ 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 ਜਾਖਰ ਸਾਹਿਬ ਨੂੰ ਕਹੂੰਗਾ ਸਰ ਇੱਕ ਵਾਰੀ ਦੋ ਚੀਜ਼ਾਂ ਦੱਸ ਦੋ ਇੱਕ ਤੇ ਜਿਹੜਾ ਝੂਠ ਬੋਲਣਾ ਕਿਹੜੀ ਯੂਨੀਵਰਸਿਟੀ ਤੋਂ ਸਿੱਖਿਆ ਹੈ ਜੇ ਇੱਕ ਤੇ ਉਹ ਦੱਸੋ ਲੋਕਾਂ ਨੂੰ ਕਿ ਝੂਠ ਕਿਹੜੀਆਂ ਯੂਨੀਵਰਸਿਟੀਆਂ ਸਿਖਾਉਂਦੀਆਂ ਦੂਜਾ ਇਹ ਦੱਸੋ ਕਿ ਤੁਸੀਂ ਅੱਜ ਤੱਕ ਕਦੀ ਪੰਜਾਬ ਨਾਲ ਖਲੋਤੇ ਹੋ ਤੁਸੀਂ ਕਿਹਾ ਕਿ ਸੁਨੀਲ ਜਾਖੜ ਰਾਜਨੀਤੀ ਛੱਡ ਦਨ ਜੇਕਰ ਉਹ ਪ੍ਰੂਫ ਨਹੀਂ ਕਰ ਪਾਏ ਬਿਲਕੁਲ ਛੱਡ ਨਹੀਂ ਚਾਹੀਦੀ ਉਹਨਾਂ ਨੂੰ ਔਰ ਜੇ ਪ੍ਰੂਫ ਕਰਤਾ ਤਾਂ ਫਿਰ ਸੀਐਮ ਛੱਡਣ ਸੀਐਮ ਸਾਹਿਬ ਨੇ ਤਾਂ ਕਿਹਾ ਅੱਜ ਉਹਨਾਂ ਦੇ ਓਪਨ ਕਿਹਾ ਵੀ ਸੀ ਕਿਤੇ ਬਹੁਤ ਮੀਡੀਆ ਸੀ ਉੱਥੇ ਲੁਧਿਆਣੇ ਚ ਉਹਨਾਂ ਨੇ ਕਿਹਾ ਛੱਡ ਦੂਗਾ ਹੈ ਵੀ ਨਹੀਂ ਯਾਦ ਹੈ ਵੀ ਨਹੀਂ ਕਾ ਕੁਛ ਨਹੀਂ ਕਾ ਬਸ ਸਭ ਕੇ ਖਬਾਨਾ ਲਾ ਲਿਆ ਠੀਕ ਹੈ ਜਾਣ ਬੁੱਝ ਕੇ ਵਿਤਕਲਾ ਕਰਦੇ ਸਾਡੇ ਨਾਲ ਠੀਕ ਹੈ ਹਾਂ ਤਾਂ ਸਿੱਧੇ ਤੌਰ ਤੇ ਚੈਲੰਜ ਸੁਨੀਲ ਜਾਖੜ ਹੋਰਾਂ ਨੂੰ ਹੈ ਕਿ ਅਗਰ ਪ੍ਰੂਫ ਨਹੀਂ ਹੈ ਤਾਂ ਫਿਰ ਰਾਜਨੀਤੀ ਛੱਡ ਦਿੱਤੀ ਜਾਵੇ ਦੂਜੇ ਪਾਸੇ ਕਿਸ ਤਰੀਕੇ ਦੇ ਨਾਲ ਚੱਕੀ ਨੂੰ ਲੈ ਕੇ ਸਿਆਸਤ ਪੰਜਾਬ ਦੀ ਅਬ ਪੂਰੀ ਤਰ੍ਹਾਂ ਨਾਲ ਗਰਮੋ ਗਰਮੀ ਹੋਈ ਪਈ ਹੈ ਕੈਮਰਾਮੈਨ ਅਜੇ ਦੇ ਨਾਲ ਪੰਕਕ ਪੈ ਨਿਊਜ਼ 8 चंडीगढ़